ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ। ਹਜੇ ਮੈਂ ਤੁਹਾਨੂੰ ਦੁਪਹਿਰੇ ਹੀ ਦੱਸਿਆ ਸੀਗਾ ਜਦੋਂ ਕਿ ਬਜਟ ਦੀ ਅਨਾਊਂਸਮੈਂਟ ਹੋਈ ਹੈ ਕਿ ਉਹਦੇ ਵਿੱਚ ਵੈਕੈਂਸੀਜ਼ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਭਰਤੀਆਂ ਹੁਣ ਆਉਣਗੀਆਂ, ਕਿਉਂਕਿ ਕਾਫੀ ਕੈਂਡੀਡੇਟਸ ਜਿਹੜੇ ਆ ਉਹ ਰਿਟਾਇਰ ਹੋਣ ਵਾਲੇ ਆ ਵੱਖ ਵੱਖ ਡਿਪਾਰਟਮੈਂਟ ਦੇ ਵਿੱਚ, ਤਾਂ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਮੈਂ ਤੁਹਾਨੂੰ ਸਾਰਾ ਬਰੀਫ 'ਚ ਦੱਸਾਂਗੀ ਕਿਹੜੇ ਡਿਪਾਰਟਮੈਂਟ ਦਾ ਆ, ਕਿੱਦਾਂ ਤੁਸੀਂ ਜਿਹੜਾ ਅਪਲਾਈ ਕਰ ਲੈਣਾ ਔਰ ਕਦੋਂ ਤੋਂ ਅਪਲਾਈ ਕਰ ਲੈਣਾ। ਠੀਕ ਹੈ, ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ। ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਨੂੰ ਹਰ ਰਿਕਰੂਟਮੈਂਟ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਜਾਵੇ, ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਿਓ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਦੇ ਨਾਲ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਔਰ ਦੱਸਣਾ ਚਾਹਾਂਗੀ, ਪੰਜਾਬ ਦੇ ਵਿੱਚ ਲੋਕਲ ਗਵਰਨਮੈਂਟ ਦੇ 7-8 ਨਵੇਂ ਨੋਟੀਫਿਕੇਸ਼ਨ ਆਏ ਹੋਏ ਆ ਔਰ ਸੈਂਟਰਲ ਦੇ ਵੀ ਆਏ ਹੋਏ ਆ। ਤੁਹਾਨੂੰ ਪਤਾ ਕੱਲ੍ਹ ਬਜਟ ਅਨਾਊਂਸਮੈਂਟ ਹੋਈ ਹੈ, ਉਸ ਤੋਂ ਬਾਅਦ ਵੀਡੀਓ ਜਿਹੜੀ ਬਣ ਨਹੀਂ ਪਾਈ ਸੈਂਟਰਲ ਦੇ ਨਾਲ ਰਿਲੇਟਡ, ਕਿਉਂਕਿ ਕੁਛ 2-3 ਨੋਟੀਫਿਕੇਸ਼ਨ ਇੰਪੋਰਟੈਂਟ ਸੀਗੇ, ਤਾਂ ਉਹ ਵੀਡੀਓ ਮੈਨੂੰ ਪਹਿਲਾਂ ਬਣਾਉਣੀਆਂ ਪਈਆਂ। ਤਾਂ ਉਹਦੇ ਲਈ ਜਲਦੀ ਆਫਿਸ਼ੀਅਲ ਵੈਬਸਾਈਟ ਸਾਡੀ ਹੈ www.clory.com, ਉੱਥੇ ਵਿਜ਼ਿਟ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹਾਂ। ਉੱਥੇ ਤੁਹਾਨੂੰ ਪ੍ਰੋਪਰ ਗਾਈਡ ਕੀਤਾ ਗਿਆ ਹੈ ਕਿੱਦਾਂ ਤੁਸੀਂ ਅਪਲਾਈ ਕਰਨਾ, ਕਿਆ ਇਲੀਜੀਬਿਲਟੀ ਦੱਸੀ ਗਈ ਹੈ। ਠੀਕ ਹੈ, ਫਿਰ ਵੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੋਊਗੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹਾਂ। ਜੇਕਰ ਤੁਹਾਨੂੰ ਕਿਸੇ ਵੀ ਰੀਜ਼ਨ ਕਰਕੇ ਕਮੈਂਟ ਦਾ ਰਿਪਲਾਈ ਨਹੀਂ ਮਿਲਦਾ, ਤਾਂ ਇੰਸਟਾਗ੍ਰਾਮ 'ਤੇ ਫੋਲੋ ਜ਼ਰੂਰ ਕਰਿਓ, ਉੱਥੇ ਤੁਹਾਡੀ ਡੈਫੀਨੇਟਲੀ ਹੈਲਪ ਕੀਤੀ ਜਾਊਗੀ। ਉੱਥੇ ਫੋਲੋ ਕਰਨ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜੂੰਗਾ। ਔਰ ਮੈਂ ਆਪਣੇ ਦੂਸਰੇ ਚੈਨਲ ਦੇ ਉੱਤੇ ਵੀ ਵੀਡੀਓ ਅਪਲੋਡ ਕੀਤੀਆਂ ਵਾ, 3 ਵੀਡੀਓਜ਼ ਹੈ, ਉਸ ਚੈਨਲ 'ਤੇ ਜਾ ਕੇ ਜ਼ਰੂਰ ਚੈੱਕ ਕਰ ਲਿਓ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪੰਜਾਬ ਜੀਓਵੀਟੀ ਜੋਬਸ ਚੈਨਲ ਦਾ ਲਿੰਕ ਮਿਲ ਜਾਏਗਾ, ਉੱਥੇ ਜਾ ਕੇ ਵੈਕੈਂਸੀ ਚੈੱਕ ਜ਼ਰੂਰ ਕਰਨਾ ਔਰ ਉਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ, ਤਾਂ ਕਿ ਦੋਨੋਂ ਚੈਨਲ 'ਤੇ ਜਿਹੜੀ ਵੀ ਜਾਣਕਾਰੀ ਤੁਹਾਨੂੰ ਦੱਸੀ ਜਾ ਰਹੀ ਹੈ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰੋ। ਤਾਂ ਚਲੋ ਆਪਾਂ ਗੱਲ ਕਰਦੇ ਹਾਂ ਇਹ ਕਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹਾਂ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ, ਯਾਨੀ ਕਿ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਇਹ ਜਿਹੜਾ ਰਿਕਰੂਟਮੈਂਟ ਜਾਰੀ ਕੀਤੀ ਗਈ ਹੈ, ਜਿਹੜੀ ਕਿ ਲਾਸਟ ਟਾਈਮ ਵੀ ਕੀਤੀਆਂ ਗਈਆਂ ਸੀਗੀਆਂ। ਤਾਂ ਇਹਦੇ ਵਿੱਚ ਇਹਨੇ ਪੋਲ ਦਿੱਤਾ ਆ ਮਾਸਟਰ ਦੀਆਂ, ਠੀਕ ਹੈ, ਮਿਸਟਰਸ ਕੈਡਰ ਦੀ ਜਿਹੜੀ ਵੈਕੈਂਸੀਜ਼ ਹੈ ਇਹਦੇ ਵਿੱਚ 450 ਪਲੱਸ ਔਰ ਨਾਲ ਜਿਹੜੀਆਂ ਹੋਰ ਵੈਕੈਂਸੀਜ਼ ਐਡ ਕਰਕੇ, ਮਤਲਬ ਟੋਟਲ ਜਿਹੜੀਆਂ ਵੈਕੈਂਸੀਜ਼ ਆ 1442 ਵੈਕੈਂਸੀਜ਼ ਆਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਆ। ਔਰ ਇਹਨਾਂ ਨੇ ਇਹ ਵੀ ਦੱਸਿਆ ਹੋਇਆ ਕਿ ਜਿਹੜੇ ਇਹਦੇ ਵਿੱਚ ਕੁਆਲੀਫਿਕੇਸ਼ਨ ਨਾਲ ਰਿਲੇਟਿਡ ਔਰ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਵੀ ਨੇ ਉਹ 29 ਫਰਵਰੀ ਨੂੰ ਇਹ ਆਪਣੀ ਆਫਿਸ਼ੀਅਲ ਵੈਬਸਾਈਟ 'ਤੇ ਅਪਡੇਟ ਕਰਨਗੇ, ਜਿਹੜੀ ਤੁਸੀਂ ਦੇਖ ਸਕਦੇ ਆ educationrecruitmentboard.com। ਕੱਲ੍ਹ ਦੁਪਹਿਰ ਤੱਕ ਇਹ ਕਰ ਦੇਣਗੇ, ਜਿੱਦਾਂ ਹੀ ਕਰਦੇ ਆ ਮੈਂ ਤੁਹਾਨੂੰ ਦੱਸ ਵੀ ਦੇਵਾਂਗੀ। ਔਰ ਆਖਰੀ ਤਰੀਕ ਜਿਹੜੀ ਅਪਲਾਈ ਕਰਨ ਦੀ ਹੋਊਗੀ 18 ਮਾਰਚ 2020 ਹੋਊਗੀ, ਤਾਂ ਕਿਤੇ ਨਾ ਕਿਤੇ ਤੁਹਾਨੂੰ ਇਸ ਨੋਟੀਫਿਕੇਸ਼ਨ ਨਾਲ ਰਾਹਤ ਮਿਲੀ ਹੋਊਗੀ ਜਿਹੜੇ ਵੀ ਕੈਂਡੀਡੇਟ ਜਿਹੜੇ ਟੀਚਿੰਗ ਡਿਪਾਰਟਮੈਂਟ ਦੀ ਵੈਕੈਂਸੀਜ਼ ਦੀ ਵੇਟ ਕਰ ਰਹੇ ਸੀਗੇ। ਤਾਂ ਤੁਸੀਂ ਕੱਲ੍ਹ ਆਫਟਰਨੂਨ ਤੱਕ ਵੀਡੀਓ ਦੀ ਵੇਟ ਜ਼ਰੂਰ ਕਰਿਓ, ਮੈਂ ਤੁਹਾਨੂੰ ਪੂਰਾ ਨੋਟੀਫਿਕੇਸ਼ਨ ਦੱਸਾਂਗੀ ਕਿਆ ਕਿਆ ਇਲੀਜੀਬਿਲਟੀ ਇਹਨਾਂ ਨੇ ਮੰਗੀ ਹੋਈ ਆ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ। ਮਿਲਾਂਗੇ ਜਲਦੀ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।